ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਵੱਡੇ ਐਲਾਨ ਦੀ ਬਜਾਏ ਭਾਜਪਾ ਦੇ ਸ਼ਗੂਫਿਆਂ ਤੇ ਵਿਰੋਧੀਆਂ ਨੂੰ ਕੋਸ ਕੇ ਤੁਰਦੇ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਗੁਰਦਾਸਪੁਰ ਰੈਲੀ ਵਿੱਚ ਬੋਲੇ ਸੁਖਬੀਰ ਸਿੰਘ ਬਾਦਲ, ਮੋਦੀ ਸਰਕਾਰ ਨੇ ਪੰਜਾਬ ਦੇ ਲਈ ਲਏ ਵੱਡੇ ਫੈਸਲੇ। ਬਠਿੰਡਾ ਦੇ ਸਰਕਾਰੀ ਸਕੂਲਾਂ ਤੇ ਖਰਚੇ ਜਾਣਗੇ 18 ਕਰੋੜ ਰੁਪਏ, ਕਿਹਾ ਮਨਪ੍ਰੀਤ ਸਿੰਘ ਬਾਦਲ ਨੇ। ਮਲੋਟ ਵਿੱਚ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਕਾਰ ਸਵਾਰ ਲੁਟੇਰਿਆਂ ਨੇ ਲੁੱਟੇ 10 ਲੱਖ ਰੁਪਏ ਤੇ ਧੁੰਦ ਨੇ ਆਵਾਜਾਈ ਦੀ ਚਾਲ ਕੀਤੀ ਮੱਠੀ, ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ। ਤੇ ਹੁਣ ਖਬਰਾਂ ਵਿਸਥਾਰ ਨਾਲ। ਗੁਰਦਾਸਪੁਰ ਤੋਂ ਵਿਧਾਨ ਸਭਾ ਚੋਣ ਰੈਲੀਆਂ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸਦਾ ਵਿਕਾਸ ਕਾਰਜਾਂ ਤੇ ਆਪਣਾ ਧਿਆਨ ਕੇਂਦਰਿਤ ਕਰਦੀ ਰਹੀ ਹੈ। ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਸਦਾ ਦੇਸ਼ ਨੂੰ ਮਜ਼ਬੂਤ ਕਰਨ ਵੱਲ ਅੱਗੇ ਵਧਦੇ ਰਹੇ ਨੇ। ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਵੀ ਭਾਜਪਾ ਸਰਕਾਰ ਸਿਰ ਬਣਿਆ। ਇਸ ਦੇ ਨਾਲ ਕਾਂਗਰਸ ਤੇ ਵਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਦੇਸ਼ ਨੂੰ ਗਰੀਬੀ ਹਟਾਓ ਦੇ ਨਾਰਿਆਂ ਦੇ ਨਾਲ ਠੱਗਿਆ ਸੀ ਤੇ ਹੁਣ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਦੇ ਨਾਂ ਤੇ ਠੱਗ ਰਹੀ ਹੈ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਕਿਸਾਨਾਂ ਦੇ ਦਰਦ ਦਾ ਇਲਾਜ ਨਹੀਂ ਲੱਭ ਸਕੀ ਤੇ ਹੁਣ ਫਿਰ ਕਿਸਾਨਾਂ ਨਾਲ ਝੂਠੇ ਵਾਅਦੇ ਕਰ ਰਹੀ ਹੈ। ਜਿਨਕਾ ਇਤਿਹਾਸ ਰਾਸ਼ਟਰੀ ਸੁਰੱਖਿਆ ਸੇ ਖਿਲਵਾੜ ਰਹਾ ਹੋ ਔਰ ਜੋ ਆਜ ਵੀ ਦੇਸ਼ ਕੇ ਸੈਨਿਕੋ ਔਰ ਸੇਨਾ ਕੋ ਕਮਜ਼ੋਰ ਕਰਨੇ ਕੇ ਲੀਏ ਝੂਠ ਫੈਲਾ ਰਹੇ ਹੋ, ਜਿਨਕਾ ਇਤਿਹਾਸ ਸਿਰਫ ਏਕ ਪਰਿਵਾਰ ਕੇ ਜੈਗਾਨ ਕਰ ਰਹਾ ਹੋ ਔਰ ਜੋ ਆਜ ਵੀ ਬੰਦੇ ਮਾਤਰਮ ਔਰ ਭਾਰਤ ਮਾਤਾ ਕੀ ਜੈ ਕਾ ਵਿਰੋਧ ਕਰ ਰਹੇ ਹੋ, ਰੋਕ ਲਗਾ ਰਹੇ ਹੋ, ਜਿਨਕਾ ਇਤਿਹਾਸ ਹਜ਼ਾਰੋਂ ਸਿੱਖ ਭਾਈ ਬਹਿਨੋ ਕੋ ਬੇਰਹਿਮੀ ਸੇ ਹੱਤਿਆ ਕਾ ਹੋ ਔਰ ਜੋ ਆਜ ਵੀ ਦੰਗੋਂ ਕੇ ਆਰੋਪੀਓਂ ਕੋ ਮੁੱਖ ਮੰਤਰੀ ਪਦ ਕਾ ਪੁਰਸਕਾਰ ਦੇ ਰਹੇ ਹੋ, ਉਨ ਲੋਗੋਂ ਸੇ ਪੰਜਾਬ ਸਮੇਤ ਪੂਰੇ ਦੇਸ਼ ਕੋ ਸਤਰਕ ਰਹਿਣੇ ਕੀ ਜ਼ਰੂਰਤ ਹੈ। ਡੇਢ ਸਾਲ ਮੇ ਸਿਰਫ 3400 ਕਰੋੜ ਕਰਜ਼ ਮਾਫ਼ੀ ਕਾਂਗਰਸ ਕੇ ਲੀਏ ਪੰਚਵਰਸ਼ੀ ਯੋਜਨਾ ਹੈ ਕਿਆ? ਕਿਸਾਨ ਕੇ ਮਰਨੇ ਕੇ ਬਾਅਦ ਪਹੁੰਚੋਗੇ ਕਿਆ? ਸਾਥੀਓ, ਆਪ ਯੇ ਵੀ ਮਤ ਭੁਲੀਏ ਕਿ ਪੰਜਾਬ ਸਹਿਤ ਪੂਰੇ ਦੇਸ਼ ਮੇ ਛੋਟੇ ਕਿਸਾਨ ਜਿਨਕੇ ਪਾਸ 1-2 ਹੈਕਟਰ ਜ਼ਮੀਨ ਹੈ ਔਰ ਜਿਨਕੀ ਸੰਖਿਆ ਹਿੰਦੁਸਤਾਨ ਮੇ ਸਬਸੇ ਅਧਿਕ ਹੈ, ਵੋ ਕਭੀ ਬੈਂਕੋ ਸੇ ਕਰਜ ਨਹੀਂ ਪਾਤੇ ਹੈ, ਉਨਕੋ ਵੋ ਮਿਲਤਾ ਵੀ ਨਹੀਂ ਹੈ, ਉਨਕੋ ਤੋ ਸਾਹੂਕਾਰੋਂ ਸੇ ਯਾ ਦੂਸਰੇ ਲੋਗੋਂ ਸੇ ਕਰਜ ਲੈਣਾ ਪੜਤਾ ਹੈ। ਜਬ ਇਨ ਗਰੀਬ ਕਿਸਾਨੋਂ ਕਾ ਹੀ ਕਰਜ਼ ਮਾਫ਼ ਨਹੀਂ ਹੋਗਾ ਤੋ ਫਿਰ ਕਿਸਾਨੋਂ ਸੇ ਝੂਠ ਕਿਉਂ ਬੋਲ ਰਹੀ ਹੈ ਕਾਂਗਰਸ? ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਜਲੰਧਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 106ਵੇਂ ਭਾਰਤੀ ਵਿਗਿਆਨ ਕਾਂਗਰਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੇਸ਼ ਨੇ ਵਿਗਿਆਨ ਦੇ ਖੇਤਰ ਵਿੱਚ ਕਾਫ਼ੀ ਤਰੱਕੀ ਕੀਤੀ ਹੈ ਪਰ ਨਵੇਂ ਭਾਰਤ ਦੇ ਸੁਪਨੇ ਲਈ ਅਜੇ ਕਾਫ਼ੀ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਖੇਤੀ ਪੈਦਾਵਾਰ ਨੂੰ ਵਧਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਂਸਰ ਤਕਨਾਲੋਜੀ, ਡਰੋਨ ਤੇ ਬਿਗ ਡਾਟਾ ਦਾ ਪੈਕੇਜ ਤਿਆਰ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨ ਨੂੰ ਆਮ ਲੋਕਾਂ ਦੇ ਜੀਵਨ ਨਾਲ ਜੋੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਵਿਗਿਆਨ ਦੀ ਮਦਦ ਨਾਲ ਨਵਾਂ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। Life and works of hundreds of Indian scientists, areas are a compelling testament of integration of deep fundamental insights with technology development and nation building. It is through our modern temples of science that India is transforming its presence and working to secure its future. Friends, our former Prime Minister Lal Bahadur Shastri ji gave us the slogan Jai Jawan Jai Kisan. 20 years ago, in a historic address at Pokhran,
our great Prime Minister Atal ji had recognized the contributions of science and technology for India. प्रधानमंत्री नरेंद्र मोदी वालों पंजाब के गुरदासपुर विच रैली करके लोकसभा चोण मुहिम का आगाज कर दिता गया है। इस समय भाजपा के नाल अकाली लीडरशिप भी मौजूद रही। इस रैली विच अकाली दल के प्रधान सुखबीर सिंह बादल ने संबोधन दौरान प्रधानमंत्री का पंजाब आने पर स्वागत किया। उन्होंने कहा कि मोदी सरकार ने पंजाब के लिए कई वड्डे फैसले लाए ने। बादल ने कहा कि मोदी सरकार ने पंजाब नूं तीन वड्डे हवाई अड्डे दिते, करतारपुर लांघा खुलवाया ते सिख कतलेआम के दोषियों नूं सज़ा दवाई। इस नाल ही लंगर ते केंद्र दे हिस्से दा GST खत्म किया ते सिखां नूं विशेष छूट दिती। कैप्टन सरकार ते वरदियां सुखबीर सिंह बादल ने कहा कि कांग्रेस ने पंजाब दे किसानां ते बेरोजगारां नूं झूठे वादे करके सरकार बनाई है। ਮੈਨੂੰ ਯਾਦ ਹੈ ਜੋ ਆਪ ਜੀ ਜੋ ਪ੍ਰਧਾਨ ਮੰਤਰੀ ਬਣੇ, ਮੇਰੇ ਪਿਤਾ ਬਾਦਲ ਸਾਹਿਬ, ਸਾਰੀ SGPC ਪੈ, ਸਾਰੇ ਅਸੀਂ ਤਾਂ ਆਪ ਜੀ ਕੋਲੇ ਗਏ। ਆਪ ਜੀ ਨੇ ਉਦੋਂ ਹੀ ਕਿਹਾ ਕਿ ਮੈਂ ਸਪੈਸ਼ਲ SIT ਬਣਾਉਣਾ। ਆਪ ਜੀ ਨੇ SIT ਬਣਾਈ, ਉਸ SIT ਨੇ ਸਾਰੇ ਪੁਰਾਣੇ ਬੰਦ ਕੇਸ ਸਾਨੂੰ ਫਿਰ ਤੋਂ ਖੋਲ ਲਿਆ। ਉਹ ਜਿਹੜੇ ਬੰਦ ਕੀਤੇ ਗਏ ਸੀ ਕੇਸ, ਉਹ ਜਦੋਂ ਇੱਕ ਸਾਲ ਦੇ ਅੰਦਰ SIT ਨੇ ਉਹਨੇ ਇਨਕੁਆਇਰੀ ਕਰਕੇ ਸਾਰੇ ਸਬੂਤ ਇਕੱਠੇ ਕਰ ਲਏ, ਸਪੈਸ਼ਲ ਕੋਰਟ ਵਿੱਚ ਦੇ ਦਿੱਤੇ ਅਤੇ ਇੱਕ ਸਾਲ ਵਿੱਚ ਅਦਾਲਤ ਦਾ ਫੈਸਲਾ ਆ ਗਿਆ। ਇੱਕ ਨੂੰ ਉਮਰ ਕੈਦ ਅਤੇ ਇੱਕ ਨੂੰ ਸਜ਼ਾਏ ਮੌਤ ਮਿਲ ਗਈ। ਸੱਜਣ ਕੁਮਾਰ ਨੂੰ ਉਮਰ ਕੈਦ ਮਿਲ ਗਈ, ਦੋ ਕਾਂਗਰਸ ਦੇ MLAਆਂ ਨੂੰ ਸਜ਼ਾਏ ਮਿਲ ਗਈਆਂ। ਇਹ ਤੋਂ ਵੱਧ ਸਬੂਤ ਕੀ ਚਾਹੀਦਾ ਹੈ? ਕਾਂਗਰਸ ਦੇ MP ਅੰਦਰ ਹੋ ਜਾਏ, ਗਾਂਧੀ ਪਾਰ ਦਾ ਚਹੇਤਾ ਅੰਦਰ ਹੋ ਜਾਏ, ਉਹਨਾਂ ਦੇ MLA ਅੰਦਰ ਹੋ ਜਾਣ, ਉਹਨਾਂ ਦੇ ਕਾਉਂਸਲਰ ਨੂੰ ਸਜ਼ਾਏ ਮੌਤ ਮਿਲ ਜਾਏ ਅਤੇ ਹਾਈਕੋਰਟ ਦੇ ਜੱਜ ਸਾਹਿਬ ਆਪਣੇ ਫੈਸਲੇ 'ਚ ਲਿਖਦੇ ਹਨ ਕਿ ਸੱਜਣ ਕੁਮਾਰ ਅਤੇ ਆ MLA ਤਾਂ ਬਚੇ ਰਹੇ ਕਿਉਂਕਿ ਇਹਨਾਂ ਨੂੰ ਪੋਲੀਟੀਕਲ ਪੇਟਰਨੇਜ ਸੀ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਤੋਬੀਆਣਾ ਬਸਤੀ ਵਿੱਚ ਸਥਿਤ ਸਰਕਾਰੀ ਸਕੂਲ ਦਾ ਦੌਰਾ ਕਰਕੇ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਹਨਾਂ ਕਿਹਾ ਕਿ ਬਠਿੰਡਾ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਸਕੂਲਾਂ ਦੀਆਂ ਇਮਾਰਤਾਂ 'ਤੇ 18 ਕਰੋੜ ਰੁਪਏ ਖਰਚੇ ਜਾਣਗੇ। ਜਿਹੜਾ ਬੁਨਿਆਦੀ ਜਿਹੜਾ ਸਵਾਲ ਹੈ ਉਹ ਅੱਜ ਇਸ ਬਿਲਡਿੰਗ ਦਾ ਨਹੀਂ ਹੈ। ਬੁਨਿਆਦੀ ਸਵਾਲ ਹੈ ਕਿ ਬਠਿੰਡੇ ਸ਼ਹਿਰ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਹੈ ਔਰ ਐਜੂਕੇਸ਼ਨ ਦਾ ਮਿਆਰ ਹੈ, ਇਹਦੀ ਕਾਇਆ ਕਲਪ ਕਿਵੇਂ ਕੀਤੀ ਜਾਵੇ? ਸੋ ਟੋਟਲ DO ਬਠਿੰਡਾ ਅਤੇ ਸਾਰੇ ਜਿਹੜੇ ਸ਼ਹਿਰ ਦੇ ਜਿੰਨੇ ਵੀ ਸਕੂਲ ਚੱਲ ਰਹੇ ਹੈ, ਚਾਹੇ ਉਹ ਸੰਜੇ ਨਗਰ 'ਚ ਹੈ, ਚਾਹੇ ਉਹ ਜਨਤਾ ਨਗਰ 'ਚ ਹੈ, ਚਾਹੇ ਅਤੋਬੀਆਣੇ ਬਸਤੀ ਦਾ ਸਕੂਲ ਹੈ, ਕੁਛ ਸਕੂਲ ਜਿਹੜੇ ਹੈ ਇਹ ਅਪਗ੍ਰੇਡ ਹੋਣਾ ਮੰਗਦੇ ਹੈ। ਸੋ ਟੋਟਲ ਜਿਹੜਾ ਪ੍ਰੋਜੈਕਟ ਕੋਸਟ ਬਠਿੰਡੇ ਦੇ ਸਕੂਲਾਂ ਦਾ ਲਾਇਆ ਤਕਰੀਬਨ 18 ਕਰੋੜ ਰੁਪਏ ਲਾਇਆ, ਔਰ ਸਾਡੀ ਹਰ ਮੁਮਕਿਨ ਕੋਸ਼ਿਸ਼ ਹੈ ਕਿ 31 ਮਾਰਚ ਤੋਂ ਪਹਿਲਾਂ ਕਿਸਮ ਦੇ ਰੋਲ ਮਾਡਲ ਬਣ ਜਾਣ। ਮੇਰੀ ਕੱਲ੍ਹ ਐਜੂਕੇਸ਼ਨ ਮਿਨਿਸਟਰ ਸੋਨੀ ਸਾਹਿਬ ਨਾਲ ਵੀ ਗੱਲ ਹੋਈ ਸੀ। ਮਲੋੜ ਦੇ ਦਵਿੰਦਰ ਮਾਰਗ ਦੇ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੇ ਫਾਈਨੈਂਸ ਕੰਪਨੀ ਦੇ 2 ਮੁਲਾਜ਼ਮਾਂ ਤੋਂ ਕਾਰ ਸਵਾਰ ਲੁਟੇਰਿਆਂ ਵੱਲੋਂ 9,99,000 ਰੁਪਏ ਲੁੱਟ ਲਏ ਗਏ। ਲੁਟੇਰਿਆਂ ਦੇ ਮੂੰਹ ਬੰਨੇ ਹੋਏ ਸਨ ਅਤੇ ਪੂਰਾ ਮਾਮਲਾ ਨਜ਼ਦੀਕ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਿਆ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਾਰ ਸਵਾਰ ਪਿੱਛੋਂ ਆ ਕੇ ਮੋਟਰਸਾਈਕਲ ਸਵਾਰਾਂ ਨੂੰ ਘੇਰ ਲੈਂਦੇ ਨੇ ਅਤੇ ਪਿਸਤੌਲ ਦਿਖਾ ਕੇ ਪੈਸੇ ਖੋਹ ਲੈਂਦੇ ਨੇ। ਪੁਲਿਸ ਵੱਲੋਂ CCTV ਤਸਵੀਰਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਵੇਂ ਵਰ੍ਹੇ ਦੀ ਆਮਦ ਅਤੇ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਧੁੰਦ ਕਾਰਨ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਨੇ, ਜਦਕਿ ਸੜਕੀ ਆਵਾਜਾਈ ਦੀ ਰਫ਼ਤਾਰ ਵੀ ਮੱਠੀ ਪੈ ਗਈ ਹੈ। ਧੁੰਦ ਕਾਰਨ ਕਣਕ ਦੀ ਫਸਲ ਨੂੰ ਫਾਇਦਾ ਹੋਣ ਕਾਰਨ ਕਿਸਾਨ ਖੁਸ਼ ਨੇ, ਪਰ ਆਲੂ ਬੀਜਣ ਵਾਲੇ ਕਿਸਾਨਾਂ ਦਾ ਠੰਡ ਨੁਕਸਾਨ ਕਰ ਰਹੀ ਹੈ। ਸਿੱਖਿਆ ਵਿਭਾਗ ਨੇ ਠੰਡ ਅਤੇ ਧੁੰਦ ਨੂੰ ਦੇਖਦਿਆਂ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਤਬਦੀਲ ਕਰ ਦਿੱਤਾ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ 4 ਵਜੇ ਤੱਕ ਹੋਏਗਾ। ਇਸ ਤੋਂ ਇਲਾਵਾ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ 4:15 ਵਜੇ ਤੱਕ ਹੋਏਗਾ। ਇਹ ਸਮਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।
ਮਮਦੋਟ ਸੈਕਟਰ ਵਿਖੇ ਤਾਇਨਾਤ BSF ਦੀ 29 ਬਟਾਲੀਅਨ ਨੇ ਮੁਸਤੈਦੀ ਦਿਖਾਉਂਦਿਆਂ ਚੈੱਕ ਪੋਸਟ ਗੱਟੀ ਹਯਾਤ ਦੇ ਨੇੜਿਓਂ 4 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਇਸ ਦਾ ਵਜ਼ਨ 2 ਕਿਲੋਗ੍ਰਾਮ ਦੱਸਿਆ ਗਿਆ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 10 ਕਰੋੜ ਰੁਪਏ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ BSF ਦੇ ਜਵਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਪਾਕਿਸਤਾਨ ਵਾਲੇ ਪਾਸਿਓਂ ਸਰਹੱਦ ਤੇ ਹਿਲਜੁਲ ਮਹਿਸੂਸ ਹੋਈ। ਇਸ ਸਬੰਧੀ ਜਦੋਂ ਜਵਾਨਾਂ ਨੇ ਸਵੇਰੇ ਸਰਚ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਸਰਹੱਦ ਤੋਂ 4 ਪੈਕਟ ਹੈਰੋਇਨ ਬਰਾਮਦ ਹੋਏ। ਜੰਮੂ ਕਸ਼ਮੀਰ ਦੇ ਤਰਾਲ ਵਿੱਚ ਗੁਲਸ਼ਨਪੋਰਾ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ 3 ਆਤੰਕਵਾਦੀ ਢੇਰ ਹੋ ਗਏ। ਇਸ ਦੌਰਾਨ 1 ਜਵਾਨ ਵੀ ਸ਼ਹੀਦ ਹੋ ਗਿਆ ਜਦਕਿ 3 ਜ਼ਖਮੀ ਹੋ ਗਏ। ਸਵੇਰ ਤੋਂ ਸ਼ੁਰੂ ਹੋਇਆ ਮੁਕਾਬਲਾ ਸ਼ਾਮ ਤੱਕ ਚੱਲਦਾ ਰਿਹਾ। ਆਤੰਕਵਾਦੀਆਂ ਦੇ ਮਾਰੇ ਜਾਣ ਦੀ ਖਬਰ ਤੋਂ ਬਾਅਦ ਪੱਥਰਬਾਜ਼ਾਂ ਤੇ ਸੁਰੱਖਿਆ ਬਲਾਂ ਵਿੱਚ ਝੜਪ ਵੀ ਹੋ ਗਈ। ਇਸ ਦੌਰਾਨ 7 ਦੇ ਲਗਭਗ ਪੱਥਰਬਾਜ਼ ਜ਼ਖਮੀ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਵਿਖੇ ਹੋਈ ਰੈਲੀ ਵਿੱਚ ਉਹਨਾਂ ਦੇ ਭਾਸ਼ਣ ਦੇ ਦੌਰਾਨ ਕੁਝ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਹੰਗਾਮਾ ਕਰਨ ਵਾਲੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸ ਦਈਏ ਕਿ ਰੈਲੀ ਤੋਂ ਪਹਿਲਾਂ ਜਲੰਧਰ ਵਿੱਚ ਵੀ ਕਾਂਗਰਸੀ ਵਰਕਰਾਂ ਵੱਲੋਂ ਨਰਿੰਦਰ ਮੋਦੀ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਸੀ। ਅੱਜ ਰਫਾਇਲ ਘੁਟਾਲਾ ਜਿਹੜਾ 30,000 ਕਰੋੜ ਰੁਪਏ ਦਾ ਹੋਇਆ, ਉਹਦੇ ਸਬੰਧ ਵਿੱਚ ਅੱਜ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਈ ਜਾਵੇ ਔਰ ਖਰੀਦ ਕਿਸ ਤਰੀਕੇ ਦੇ ਨਾਲ ਹੋਈ ਹੈ, ਰੇਟ ਕੀ ਫਾਈਨਲ ਹੋਇਆ ਸੀ 2012 ਦੇ ਵਿੱਚ, ਹੁਣ ਕਿਉਂ 1600 ਕਿੰਨੇ ਕਰੋੜ ਦੇ ਵਿੱਚ ਜਹਾਜ਼ ਦਿੱਤੇ ਗਏ। ਜਿੰਨੀ ਇਹਦੇ ਵਿੱਚ ਘੁਟਾਲਾ ਹੋਇਆ ਉਹਦੀ ਪ੍ਰੋਪਰ ਜਾਂਚ ਕੀਤੀ ਜਾਵੇ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਗਲਤ ਐਫੀਡੇਵਿਟ ਝੂਠੇ ਐਫੀਡੇਵਿਟ ਦੇ ਕੇ ਜਿਹੜਾ ਹੈ ਲੋਕਾਂ ਨੂੰ ਗੁੰਮਰਾਹ ਕੀਤਾ, ਸੁਪਰੀਮ ਕੋਰਟ ਨੂੰ ਗੁੰਮਰਾਹ ਕੀਤਾ। ਇਹਦੀ ਜਿਹੜੀ ਜਾਂਚ ਹੈ ਜੁਆਇੰਟ ਪਾਰਲੀਮੈਂਟਰੀ ਜਿਹੜੀ ਕਮੇਟੀ ਹੈ ਉਹਦੇ ਤੋਂ ਕਰਾਈ ਜਾਵੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ। ਸੰਗਰੂਰ ਦੀ ਜ਼ਿਲ੍ਹਾ ਅਦਾਲਤ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿੱਚ ਉਸ ਦੇ ਰਿਸ਼ਤੇਦਾਰੀ ਵਿੱਚ ਲੱਗਦੇ ਜੀਜੇ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ 1,55,000 ਰੁਪਏ ਦਾ ਜੁਰਮਾਨਾ ਕੀਤਾ ਹੈ। ਸਜ਼ਾ ਪ੍ਰਾਪਤ ਚਮਕੌਰ ਸਿੰਘ ਵਾਸੀ ਘੋੜੇਨਾਥ ਖਿਲਾਫ਼ ਪੁਲਿਸ ਨੇ ਥਾਣਾ ਚਾਹਜਲੀ ਵਿਖੇ ਮਾਮਲਾ ਦਰਜ ਕੀਤਾ ਹੈ। ਬਾਲੀਵੁੱਡ ਅਦਾਕਾਰ ਕਾਦਰ ਖਾਨ ਦਾ ਬੀਤੇ ਦਿਨ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਅੱਜ ਕਾਦਰ ਖਾਨ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਦੇ ਬ੍ਰੈਂਪਟਨ ਵਿਖੇ ਮੀਂਡੋਵੇਲ ਸੈਮੀਟਰੀ ਦੇ ਸੈਕਸ਼ਨ ਵਿੱਚ ਸਪੁਰਦੇ ਖਾਕ ਕੀਤਾ ਗਿਆ। ਉਹਨਾਂ ਦਾ ਨਮਾਜ਼ ਜਨਾਜ਼ਾ ਮਿਸੀਸਾਗਾ ਸਥਿਤ ਇਸਾਨਾ ਮਸਜਿਦ ਵਿੱਚ ਆਯੋਜਿਤ ਕੀਤਾ ਗਿਆ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਦੇ ਨਾਲ ਨਾਲ ਉਹਨਾਂ ਦੇ ਪ੍ਰਸ਼ੰਸਕ ਵੀ ਸ਼ਾਮਲ ਹੋਏ। ਇਸ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ।